ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵੈਦਰ ਨਿਊਜ਼ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਆਂ ਸੂਬੇ ਪੰਜਾਬ ਦੀਆਂ ਖਾਸ ਖਬਰਾਂ ਤੇ ਨਜ਼ਰ ਮਾਰਾਂਗੇ ਵੀਡੀਓ ਦੇ ਵਿੱਚ ਹੰਤ ਤੱਕ ਜਰੂਰ ਬਨੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ M1 ਕੈਟਾਗਰੀ ਦੇ ਵਾਹਨਾਂ ਲਈ 1 ਅਕਤੂਬਰ ਤੋਂ ਬਾਅਦ ਸੀਟ ਬੈਲਟ ਜ਼ਰੂਰੀ ਹੈ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਇਸ ਦੇ ਲਈ ਜਾਰੀ ਕੀਤਾ ਗਿਆ ਹੈ ਲੋਕ ਅਕਸਰ ਦਫ਼ਤਰ ਜਾਣ ਤੋਂ ਲੈ ਕੇ ਵੀਕਐਂਡ ਤੇ ਹਿੱਲ ਸਟੇਸ਼ਨ ਜਾਣ ਲਈ ਕਾਰ ਰਾਹੀਂ ਜਾਣਾ ਪਸੰਦ ਕਰਦੇ ਆਂ ਭਾਰਤ ਵਿੱਚ ਵੱਡੀਆਂ ਕਾਰਾਂ ਦੀ ਕੋਈ ਕਮੀ ਨਹੀਂ ਹੈ ਪਰਿਵਾਰ ਵਿੱਚ ਜ਼ਿਆਦਾ ਲੋਕ ਹੋਣ ਕਾਰਨ ਜ਼ਿਆਦਾਤਰ ਲੋਕ ਅਜਿਹੀਆਂ ਗੱਡੀਆਂ ਖਰੀਦੀ ਹਨ ਜਿਸ ਰਾਹੀਂ ਉਹ ਪੂਰੇ ਪਰਿਵਾਰ ਨਾਲ ਸੈਰ ਲਈ ਜਾ ਸਕਣ ਪਰ ਕਾਰ ਚਲਾਉਂਦੇ ਸਮੇਂ ਆਪਣੇ ਆਪ ਨੂੰ ਅਤੇ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖ ਸਕਣ ਅਜਿਹੀ ਸਥਿਤੀ 'ਚ M1 ਸ਼੍ਰੇਣੀ ਦੀਆਂ ਸਾਰੀਆਂ ਕਾਰਾਂ ਲਈ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ ਸਰਕਾਰ ਨੇ ਸੰਬੰਧੀ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਜਿਹੇ 'ਚ ਲੋਕਾਂ ਦੀ ਜ਼ਿੰਦਗੀ 'ਚ ਸੀਟ ਬੈਲਟ ਦੀ ਭੂਮਿਕਾ ਅਹਿਮ ਹੈ ਸਰਕਾਰ ਦੇ ਵੱਲੋਂ ਖਾਸ ਤੌਰ 'ਤੇ ਇਸ ਸੰਬੰਧੀ ਜਿਹੜਾ ਹੈ ਐਲਾਨ ਕੀਤਾ ਗਿਆ ਮੋਟਰ ਵਾਹਨ ਨਿਯਮਾਂ ਦੇ ਵਿੱਚ ਵੀ ਜਿਹੜੀ ਹੈ ਨਵੀਂ ਸੋਧ ਕੀਤੀ ਗਈ ਹੈ ਇਸ ਦੇ ਨਾਲ ਹੀ ਅਗਲੀ ਖਬਰ ਆ ਰਹੀ ਹੈ ਖਾਸ ਤੌਰ ਤੇ ਤੁਹਾਨੂੰ ਦੱਸਦੀ ਹੈ ਕਿ 14 ਫਰਵਰੀ ਨੂੰ ਈਐਮ ਮੋਦੀ ਜਲੰਧਰ ਚ ਖੇਡਣਗੇ ਮਾਸਟਰ ਦਾ ਕਰਨਗੇ ਵੱਡੇ ਫੈਸਲੇ ਕਿਉਂਕਿ ਬੀਜੇਪੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡੇ ਫੈਸਲੇ ਕਰੇਗੀ ਤਾਂ ਕਿ ਵੋਟਰਾਂ ਨੂੰ ਲੁਭਾਇਆ ਜਾ ਸਕੇ ਖਾਸ ਤੌਰ ਤੇ ਕਿਸਾਨਾਂ ਦੇ ਲਈ ਅਤੇ ਪੰਜਾਬ ਵਾਸੀਆਂ ਤੇ ਔਰਤਾਂ ਦੇ ਲਈ ਵੱਡੇ ਫੈਸਲੇ ਬੀਜਪੀ ਦੇ ਵੱਲੋਂ ਕੀਤੇ ਜਾ ਸਕਦੇ ਐ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਮੁੜ ਪੰਜਾਬ ਫੇਰੀ ਤੇ ਆ ਰਹੇ ਐ ਮੋਦੀ ਜਲੰਧਰ ਵਿਖੇ ਆਪਣੀ ਫੇਰੀ ਦੌਰਾਨ ਇੱਕ ਰੈਲੀ ਨੂੰ ਸੰਬੋਧਿਤ ਕਰਨ ਜਾ ਰਹੇ ਐ ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਇਸ ਰੈਲੀ ਨੂੰ ਭਾਜਪਾ ਵੱਲੋਂ ਇੱਕ ਮਾਸਟਰ ਸ਼ੋਕ ਮੰਨਿਆ ਜਾ ਰਿਹਾ ਹੈ ਇਸ ਰੈਲੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਐ ਇਸ ਦੇ ਨਾਲ ਹੀ ਚਰਚਾ ਦੇ ਵਿੱਚ ਇਹ ਵੀ ਹੈ ਕਿ ਕਿਸਾਨਾਂ ਦੇ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਐ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਸਿੱਖ ਵੋਟ ਨੂੰ ਮਜ਼ਬੂਤ ਕਰਨ ਲਈ ਦਵਿੰਦਰ ਸਿੰਘ ਭੁੱਲਰ ਸਮੇਤ 12 ਕੈਦੀਆਂ ਦੀ ਰਿਹਾਈ ਨੂੰ ਮਨਜ਼ੂਰੀ ਦੇ ਸਕਦੇ ਐ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਸਿੱਖਾਂ ਦੀ ਵੋਟ ਬੈਂਕ ਅਤੇ ਦਲਿਤ ਵੋਟ ਬੈਂਕ ਨੂੰ ਦੇਖਦੇ ਹੋਏ 14 ਫਰਵਰੀ ਨੂੰ ਮੋਦੀ ਦੇ ਵੱਲੋਂ ਕਿਹੜੇ ਵੱਡੇ ਐਲਾਨ ਪੰਜਾਬ ਦੇ ਲਈ ਕੀਤੇ ਜਾ ਸਕਦੇ ਐ ਅਗਲੀ ਖਬਰ ਨੱਡਾ ਪੰਜਾਬ ਦੇ ਚਾਰ ਹਲਕਿਆਂ 'ਚ ਕਰਨਗੇ ਰੈਲੀਆਂ ਅਮਿਤ ਸ਼ਾਹ ਤੇ ਪ੍ਰਿਆੰਕਾ ਕਰਨਗੇ ਪ੍ਰਚਾਰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਦਿਨ ਬਾਕੀ ਹੈ ਚੋਣ ਪ੍ਰਚਾਰ ਨੂੰ ਹੋਰ ਰਫਤਾਰ ਦੇਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੀਪੀ ਨੱਡਾ ਜਿੱਥੇ ਸ਼ਨੀਵਾਰ ਨੂੰ ਪੰਜਾਬ ਆਉਣਗੇ ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਐਤਵਾਰ ਨੂੰ ਪੁੱਜਣਗੇ ਦੂਜੇ ਪਾਸੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਆੰਕਾ ਗਾਂਧੀ ਵੱਲੋਂ ਐਤਵਾਰ ਨੂੰ ਸੰਗਰੂਰ ਤੇ ਧੂਰੀ 'ਚ ਰੈਲੀ ਕਰਨਗੇ ਭਾਜਪਾ ਦੇ ਪ੍ਰਦੇਸ਼ ਮਹਾ ਮੰਤਰੀ ਤੇ ਪੰਜਾਬ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਦਿੱਤਾਨੂ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ 12 ਫਰਵਰੀ ਨੂੰ ਸਵੇਰੇ 11:30 ਵਜੇ ਬਲਾਚੌਰ ਦੁਪਹਿਰ 1:45 ਵਜੇ ਰੂਪਨਗਰ 3:30 ਵਜੇ ਰਾਜਪੁਰਾ ਤੇ ਸ਼ਾਮ ਨੂੰ 4:30 ਵਜੇ ਕਨੌਰ ਚ ਰੈਲੀ ਨੂੰ ਸੰਬੋਧਨ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਸ਼ਨੀਵਾਰ ਨੂੰ ਸਵੇਰੇ 11:30 ਵਜੇ ਲੁਧਿਆਣੇ ਦੇ ਪਿੰਡ ਗਿੱਲ 12:30 ਵਜੇ ਜਗਰਾਉਂ ਤੇ ਦੁਪਹਿਰ ਬਾਅਦ 3 ਵਜੇ ਕਪੂਰਥਲਾ ਚ ਰੈਲੀ ਕਰਨਗੇ। ਫਿਲਹਾਲ ਮਨੋਰ ਲਾਲ ਖੱਟਰ ਦੇ ਵੱਲੋਂ ਪੰਜਾਬ ਦੇ ਵਿੱਚ ਆਉਣ ਉੱਤੇ ਅਜੇ ਪੂਰੀ ਤਰ੍ਹਾਂ ਜੜੀ ਹੈ ਰੈਲੀ ਦੇ ਉੱਤੇ ਹਜੇ ਕੁਝ ਫੈਸਲੇ ਕਰਨੇ ਬਾਕੀ ਹੈ ਤੈ ਨਹੀਂ ਹੋ ਪਾਇਆ ਹੈ ਕੇਂਦਰੀ ਰਾਜ ਮੰਤਰੀ ਵੀ ਕੇ ਸਿੰਘ ਅੰਮ੍ਰਿਤਸਰ ਚ ਸਵੇਰੇ 11:30 ਵਜੇ ਉਤਰੀ ਹਲਕੇ ਚ ਪ੍ਰਚਾਰ ਕਰਨਗੇ ਬਾਅਦ ਦੁਪਹਿਰ 12:30 ਵਜੇ ਅੰਮ੍ਰਿਤਸਰ ਇਸਟ ਤੇ 3:30 ਵਜੇ ਬਾਬਾ ਬਕਾਲਾ ਦੇ ਵਿੱਚ ਰੈਲੀ ਕਰਨਗੇ ਪ੍ਰਿਆੰਕਾ ਗਾਂਧੀ ਵਾਰਡਰ ਵੀ 13 ਫਰਵਰੀ ਨੂੰ ਪੰਜਾਬ ਦੇ ਵਿੱਚ ਰੈਲੀਆਂ ਕਰਨ ਜਾ ਰਹੀ ਹੈ ਅਗਲੀ ਖਬਰ ਚੰਨੀ ਦੇ ਰਿਸ਼ਤੇਦਾਰ ਹਣੀ ਨੂੰ ਬੋਰੀ ਚ ਪਾ ਕੇ ਗੁੱਟਿਆ ਗਿਆ ਕਾਂਗਰਸੀ ਅੰਪੀਰ ਅਵਨੀਤ ਸਿੰਘ ਬਿੱਟੂ ਨੇ ਭਾਰਤੀ ਐਜੰਸੀ ਈਡੀ ਤੇ ਇਲਜ਼ਾਮ ਲਾਏ ਹਨ ਕਿ ਈਡੀ ਵੱਲੋਂ ਮੁੱਖ ਮੰਤਰੀ ਚਾਂਦੀ ਸਿੰਘ ਚੰਨੀ ਦੇ ਭਾਂਜੇ ਭੁਪਿੰਦਰ ਸਿੰਘ ਹਾਨੀ ਨੂੰ ਬੂਰੀ ਚਪਾ ਕੇ ਕੁੱਟਿਆ ਗਿਆ ਤੇ ਟਾਰਚਰ ਕੀਤਾ ਗਿਆ ਤਾਂ ਜੋ ਈਡੀ ਦੇ ਅਫਸਰਾਂ ਦੀ ਪਛਾਣ ਜਿਹੜੀ ਹੈ ਨਾ ਹੋ ਸਕੇ ਉਸ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਗਿਆ ਕਰੰਟ ਵੀ ਲਾਇਆ ਗਿਆ ਤੇ ਉਸ ਦੇ ਸਰੀਰ ਉੱਤੇ ਇਹਨਾਂ ਸੱਟਾਂ ਤੇ ਨਿਸ਼ਾਨ ਵੀ ਹਨ ਪਰ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਰਵਨੀਤ ਸਿੰਘ ਬਿੱਟੂ ਨੇ ਇਹ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਸ ਸੰਬੰਧੀ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਈਡੀ ਨੇ ਪੋਪਿੰਦਰ ਹਾਨੀ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਤੋਂ ਰਿਮਾਂਡ ਮੰਗਿਆ ਸੀ ਪਰ ਜਲੰਧਰ ਸਪੈਸ਼ਲ ਕੋਰਟ ਨੇ ਹਾਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਜਾਂਜੀ ਸਿੰਘ ਜੰਨੀ ਦੇ ਭਾਂਜੇ ਭੋਪਿੰਦਰ ਸਿੰਘ ਹਾਨੀ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਈਡੀ ਨੇ ਉਸ ਕੋਲੋਂ 10 ਕਰੋੜ ਅਤੇ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਸੀ ਅਗਲੀ ਖਬਰ ਸ਼੍ਰੀ ਮੁਕਸਰ ਸਾਹਿਬ ਦੇ ਚੌਂ ਮੈਦਾਨ 'ਚ ਪਹੁੰਚੇ ਰਾਜਾ ਵੜਿੰਗ ਤੇ ਵੱਡੇ ਐਲਾਨ ਕੀਤੇ ਆ ਗਿੱਦੜਵਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਵੜਿੰਗ ਸ਼੍ਰੀ ਮੁਖਸਰ ਸਾਹਿਬ ਹਲਕੇ ਦੇ ਵਿੱਚ ਕਾਂਗਰਸ ਉਮੀਦਵਾਰ ਕਰਨ ਕੌਰ ਬਰਾੜ ਦੇ ਹੱਕ ਚ ਚੋਣ ਪ੍ਰਚਾਰ ਲਈ ਆਪਣੇ ਜੱਦੀ ਪਿੰਡ ਵੜਿੰਗ ਵਿਖੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬੀਤੇ 111 ਦਿਨਾਂ ਦੇ ਵਿੱਚ ਵੱਡੇ ਕੰਮ ਕੀਤੇ ਹਨ ਜੋ ਬੀਤੀਆਂ ਸਰਕਾਰਾਂ ਨੇ ਨਹੀਂ ਕੀਤੇ ਆਉਂਦੇ ਦਿਨਾਂ ਵਿੱਚ ਨਰਿੰਦਰ ਮੋਦੀ ਦੀ ਰੈਲੀ ਸੰਬੰਧੀ ਪੁੱਛੇ ਜਾਣ ਤੇ ਰਾਜਾ ਵੜਿੰਗ ਨੇ ਕਿਹਾ ਕਿ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨ ਆ ਰਹੇ ਹਨ ਜਾਂ ਡਰਾਮਾ ਹੈ ਚੰਜੀ ਚੰਨੀ ਵੱਲੋਂ ਦੋ ਸੀਟਾਂ ਤੇ ਚੋਣ ਲੜਨ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਚੰਨੀ ਹੋਰਾਂ ਨੇ ਔਖੀ ਸੀਟ ਤੋਂ ਚੋਣ ਲੜੀ ਹੈ ਭਦੌੜ ਸੀਟ ਤੋਂ ਕਾਂਗਰਸ ਬੀਤੇ ਕਈ ਸਾਲਾਂ ਤੋਂ ਨਹੀਂ ਜਿੱਤੀ ਹੈ ਤੇ ਮੁੱਖ ਮੰਤਰੀ ਚੰਨੀ ਦਾ ਇਹ ਫੈਸਲਾ ਸ਼ਲਾਂਗਾ ਯੋਗ ਹੈ ਇਸ ਨਾਲ ਕਾਂਗਰਸ ਨੂੰ ਹੋਰ ਬਲ ਮਿਲੇਗਾ ਸੁਖਵੀਰ ਸਿੰਘ ਬਾਦਲ ਦੀ ਗਿੱਦੜਵਾ ਫੇਰੀ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਉਹ ਗਿੱਦੜਵਾ ਤੋਂ ਚੋਣ ਹੀ ਲੜ ਲੈਂਦੇ ਉਹਨਾਂ ਸੁਖਵੀਰ ਬਾਦਲ ਦੀ ਫੁੱਟਬਾਲ ਵਰਗਾ ਸ਼ਬਦ ਵੀ ਵਰਤਿਆ ਖਜ਼ਾਨਾ ਮੰਤਰੀ ਬਣਨ ਦੀ ਇੱਛਾ ਸੰਬੰਧੀ ਪੁੱਛੇ ਜਾਣ ਤੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਇਹ ਮੰਗ ਜ਼ਰੂਰ ਕੀਤੀ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਨੂੰ ਉਹ ਮਹਿਕਮਾ ਦਿੱਤਾ ਜਾਵੇ ਜੋ ਬਹੁਤ ਖਰਾਬ ਹੈ ਉਹ ਆਪਣੇ ਮਹਿਕਮੇ ਸਹੀ ਕਰਨਗੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਬੀਤੇ ਦਿਨਾਂ ਵਿੱਚ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਉੱਥੇ ਹੀ ਕਾਂਗਰਸ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਲਈ ਵੀ ਆਖਿਆ ਅਗਲੀ ਖਬਰ ਦੂਜਿਆਂ ਦੀ ਜਿੱਤ ਦਾ ਦਾਵਾ ਕਰਨ ਵਾਲੇ ਸਿੱਧੂ ਇਸ ਵਾਰ ਖੁੱਦ ਆਪਣੀ ਜਿੱਤ ਲਈ ਚਿੰਤਤ ਹੈ ਮੁੱਖ ਮੰਤਰੀ ਚੇਰੇ ਦਾ ਐਲਾਨ ਹੋਣ ਤੋਂ ਪਹਿਲਾਂ ਤੂਤੇ ਦੀ ਤਰ੍ਹਾਂ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਕੁਝ ਚੁੱਪਚਾਪ ਦਿਖਾਈ ਦੇ ਰਹੇ ਆ ਜਦ ਕਿ 6 ਫਰਵਰੀ ਤੋਂ ਪਹਿਲਾਂ ਸਿੱਧੂ ਸੂਬੇ ਵਿੱਚ ਆਪਣੇ ਪੰਜਾਬ ਮਾਡਲ ਦੇ ਪ੍ਰਚਾਰ ਨਾਲ ਪ੍ਰਚਾਰ ਕਰ ਰਹੇ ਸੀ ਮੰਚ ਤੇ ਖੜੇ ਹੋ ਕੇ ਮੰਤਰੀ ਅਹੁਦੇ ਅਤੇ ਵਕਟ ਮਾਫ ਕਰਨਾ ਟੈਕਟ ਵੰਡ ਰਹੀ ਸੀ ਪਰ ਹੁਣ ਸਿੱਧੀ ਇਹ ਬਣ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਮਹਿਜ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਤੱਕ ਹੀ ਸਹਿਮਤ ਰਹਿ ਗਿਆ ਭਾਵੇਂ ਕਿ ਨਵਜੋਤ ਸਿੱਧੂ ਆਪਣੇ ਵਿਰੋਧੀ ਵਿਕਰਮ ਮਜੀਠੀਆ ਨੂੰ ਇੱਕ ਚਿਚੜ ਜਾਂ ਜੂੰ ਦੇ ਬਰਾਬਰ ਸਮਝਦੇ ਨੇ ਪਰ ਸਥਿਤੀ ਇਹ ਬਣੀ ਹੋਈ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਨوجੋ ਸਿੱਧੂ ਆਪਣੇ ਹਲਕੇ ਵਿੱਚ ਡੂ ਟੂ ਡੂਰ ਪ੍ਰਚਾਰ ਕਰ ਰਿਹਾ ਹੈ ਹੋਰ ਤਾਂ ਹੋਰ ਉਹਨਾਂ ਨੂੰ ਪ੍ਰਚਾਰ ਦੇ ਲਈ ਆਪਣੇ ਸਿਆਸੀ ਮੁਕਾਬਲੇਬਾਜ਼ ਰਹੇ ਨੇਤਾਵਾਂ ਦਾ ਵੀ ਸਹਾਰਾ ਲੈਣਾ ਪੈ ਰਿਹਾ ਹੈ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ 6 ਫਰਵਰੀ ਨੂੰ ਚਰਨਜੀਤ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਸੀ ਇਸ ਐਲਾਨ ਦੇ ਨਾਲ ਹੀ ਸੂਬੇ ਖਾਸ ਕਰਕੇ ਕਾਂਗਰਸ ਦੇ ਵਿੱਚ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ ਅਗਲੀ ਖਬਰ ਹੈ ਆਰਟੀਐਸ ਨੇ ਬਹਾਲ ਕੀਤੀਆਂ ਬੱਸਾਂ ਦੀ ਪੁਰਾਣੀ ਸਮਸਾਣੀ ਰੋਡਵੇ ਨੂੰ ਰਜਾਨਾ 10 ਲੱਖ ਰੁਪਏ ਦਾ ਨੁਕਸਾਨ ਸੂਬੇ ਦੀ ਮਲਕੀਅਤ ਵਾਲੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪੰਜਾਬ ਰੋਡਵੇ ਨੂੰ ਰਜਾਨਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ ਦਰਅਸਲ ਕਈ ਖੇਤਰੀ ਟਰਾਂਸਪੋਰਟ ਅਥਾਰਟिटीज ਨੇ 8 ਫਰਵਰੀ ਤੋਂ ਪੁਰਾਣੀ ਸਮਸਾਣੀ ਲਾਗੂ ਕਰ ਦਿੱਤੀ ਹੈ ਜਿਸ ਨਾਲ ਕਥਿਤ ਤੌਰ ਤੇ ਪ੍ਰਾਈਵੇਟ ਬੱਸ ਆਪਰੇਟਰਾਂ ਦਾ ਪੱਖ ਪੂਰੇ ਜਾ ਰਿਹਾ ਹੈ 23 ਦਸੰਬਰ 2021 ਨੂੰ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਦ ਨੇ ਪੁਰਾਣੇ ਹੁਕਮਾਂ ਨੂੰ ਰੱਦ ਕਰਕੇ ਨਵਾਂ ਰੋਸਟਰ ਲਾਗੂ ਕਰ ਦਿੱਤਾ ਸੀ ਜਿਸ ਨਾਲ ਪੀਆਰਟੀਸੀ ਅਤੇ ਪੰਜਾਬ ਰੋਡ ਵਿਭਾਗ ਨੂੰ ਸੁੱਫ ਦਾ ਸਾਹ ਆਇਆ ਸੀ ਹਾਲਾਂਕਿ ਪਟਿਆਲਾ ਆਰਟੀਏ ਤੋਂ ਨਮਨ ਮਾਰਕਨ ਦਾ ਕਹਿਣਾ ਹੈ ਕਿ ਚੌਂਡ ਜਾਬਤੇ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਲੋਕਾਂ ਦੇ ਹਿੱਤਾਂ ਵਿੱਚ 8 ਫਰਵਰੀ ਨੂੰ ਜਾਰੀ ਕੀਤੇ ਹੁਕਮਾਂ ਨੂੰ ਅਗਲੇ ਹੁਕਮਾਂ ਤੱਕ ਮੌਲਤਵੀ ਰੱਖਿਆ ਗਿਆ ਉਧਰ ਯੂਨੀਅਨ ਆਗੂ ਸੰਦੀਪ ਗਰੇਵਾਲ ਦਾ ਕਹਿਣਾ ਹੈ ਕਿ ਜ਼ਿਆਦਾ ਸਿਆਸੀ ਪ੍ਰਭਾਵ ਵਾਲੇ ਪਰਿਵਾਰ ਨੇ ਵੱਖ-ਵੱਖ ਬੱਸ ਸਟੈਂਡਾਂ ਤੇ ਆਪਣੀ ਆਦਮੀ ਤਾਇਨਾਤ ਕੀਤੇ ਹਨ ਜੋ ਇਹ ਯਕੀਨੀ ਬਣਾਉਣਗੇ ਕਿ ਜਿਨ ਉਹਨਾਂ ਦੀਆਂ ਬੱਸਾਂ ਪੁਰਾਣੀ ਸਮਾસારਨੀ ਅਨੁਸਾਰ ਚੱਲਣ ਅਗਲੀ ਖਬਰ ਆ ਰਹੀ ਹੈ 20 ਮਾਰਚ ਤੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰੀਖਿਆ ਸ਼ੁਰੂ ਕੀਤੀ ਗਈ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ ਪੰਜਾਬ ਦੇ ਚੰਡੀਗੜ੍ਹ ਦੇ ਸਕੂਲਾਂ ਤੇ ਕਾਲਜਾਂ ਵਿੱਚ ਕਰਵਾਈ ਜਾਵੇਗੀ ਇਸ ਸੰਬੰਧੀ ਪੀਪੀਐਸਸੀ ਦੇ 77 ਪ੍ਰੀਖਿਆਵਾਂ ਨੇ ਚੰਡੀਗੜ੍ਹ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੂੰ ਪੱਤਰ ਲਿਖ ਕੇ ਪ੍ਰੀਖਿਆ ਦਾ ਪ੍ਰਬੰਧ ਕਰਨ ਲਈ ਕਿਹਾ ਹੈ ਇਸ ਤੋਂ ਇਲਾਵਾ ਇਹ ਪੱਤਰ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਵੀ ਜਾਰੀ ਕਰ ਦਿੱਤਾ ਗਿਆ ਪੱਤਰ ਦੇ ਵਿੱਚ ਕਿਹਾ ਗਿਆ ਕਿ ਇਹ ਪ੍ਰੀਖਿਆ 20 ਮਾਰਚ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਲਈ ਜਾਵੇਗੀ ਪ੍ਰੀਖਿਆ ਦੇਣ ਲਈ ਲਗਭਗ 40000 ਉਮੀਦਵਾਰ ਆਉਣਗੇ ਅਗਲੀ ਖਬਰ ਭਾਜਪਾ ਵੱਲੋਂ ਪੰਜਾਬ ਵਿੱਚ ਮੁਫਤ ਬਿਜਲੀ ਕਿਸਾਨਾਂ ਦੇ ਕਰਜ਼ ਮੁਆਫੀ ਕੀਤੇ ਜਾਣਗੇ ਇਸ ਤਰ੍ਹਾਂ ਦੇ ਵੱਡੇ ਵਾਅਦੇ ਕੀਤੇ ਗਏ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਚੋਣਾਂ ਲਈ ਆਪਣਾ ਸੰਕਲਪ ਪੱਤਰ ਜਾਰੀ ਕਰ ਦਿੱਤਾ ਹੈ ਭਾਜਪਾ ਨੇ ਕਿਹਾ ਕਿ ਪੰਜਾਬ ਚਉਣਾ ਜਿੱਤਣ ਤੇ ਸਾਰਿਆਂ ਨੂੰ 300 ਯੂਨਟ ਬਿਜਲੀ ਮੁਫਤ ਇਸ ਤੋਂ ਉੱਪਰ ਯੂਨਟ ਹੋਣ ਤੇ 3 ਰੁਪਏ ਪ੍ਰਤੀ ਯੂਨਟ ਚਾਰਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਦਯੋਗਾਂ ਲਈ ਬਿਜਲੀ ਦੀ ਦਰ 4 ਰੁਪਏ ਪ੍ਰਤੀ ਯੂਨਟ ਕੀਤੀ ਜਾਵੇਗੀ ਭਾਜਪਾ ਦੇ ਸੰਕਲਪ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਭਾਜਪਾ ਪੰਜਾਬ ਵਿੱਚ ਚੋਣਾ ਜਿੱਤਦੀ ਹੈ ਤਾਂ ਅਗਲੇ 5 ਸਾਲਾਂ ਵਿੱਚ ਪੰਜਾਬ ਦੇ ਬੁਨਿਆਦੀ ਢਾਂਚੇ ਤੇ 1 ਕਰੋੜ 1 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ ਭਾਜਪਾ ਦੇ ਸੰਕਲਪ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੰਨਾ ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੂਚਿਤ ਕੀਤੀਆਂ ਪਛੜੀਆਂ ਸ਼ਰਣੀਆਂ ਤੇ ਆਰਥਿਕ ਕਮਜ਼ੋਰ ਲੋਕਾਂ ਦਾ 50000 ਰੁਪਏ ਤੱਕ ਦਾ ਪੁਰਾਣਾ ਕਰਜ਼ਾ ਮਾਫ ਕੀਤਾ ਜਾਵੇਗਾ ਭਾਈਪਨ ਕਿਹਾ ਕਿ ਜੇਕਰ ਸੂਬੇ 'ਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਔਰਤਾਂ ਨੂੰ ਸਰਕਾਰੀ ਨੌਕਰੀਆਂ 'ਚ 35% ਰਾਖਮ ਕਰਨ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਲੋਕਾਂ ਨੂੰ ਸਾਲ ਵਿੱਚ 150 ਘੰਟੇ ਕੰਮ ਕਰਨ ਦੀ ਗਾਰੰਟੀ ਦਿੱਤੀ ਜਾਵੇਗੀ ਨੌਕਰੀਆਂ ਨਾ ਮਿਲਣ ਵਾਲੇ ਨੌਜਵਾਨਾਂ ਨੂੰ 4000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ ਅਗਲੀ ਖਬਰ ਦੀ ਗੱਲ ਕਰਦੇ ਆਂ ਖਾਸ ਤੌਰ ਤੇ ਨਜਾਇਜ਼ ਮਾਈਨਿੰਗ ਦੇ ਨਾਲ ਜੁੜੀ ਖਬਰ ਹੈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਾਂਗਰਸੀ ਸਰਕਾਰ ਬਣੀ ਤਾਂ ਸਿੱਧੂ ਹੋਣਗੇ ਸੁਪਰ ਮੁੱਖ ਮੰਤਰੀ ਪਹਿਲਾਂ ਇਹ ਗੱਲ ਕਰਦੇ ਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚਾਣਜੀ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਅੰਦਰ ਲਗਾਤਾਰ ਜਾਰੀ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਪਾਰਟੀ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਨੂਜ ਸਿੰਘ ਸਿੱਧੂ ਨੂੰ ਸੁਪਰ ਸੀਐਮ ਦਾ ਚਿਹਰਾ ਅਲਾਨਿਆ ਜਾਵੇਗਾ। ਅਗਲੀ ਖਬਰ ਰੋਪੜ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਸੀਐਮ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੁੱਖ ਮੰਤਰੀ ਚੰਨੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੂਬਾ ਸੈਨ ਚਾਰਜ ਰაგਵ ਚੱਡਾ ਵੱਲੋਂ 24 ਜਨਵਰੀ ਨੂੰ ਉਹਨਾਂ ਦੇ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਡੀਜੀਪੀ ਨੂੰ ਮਾਮਲੇ ਦੀ ਸੁਣਵਾਈ ਲਈ ਕਿਹਾ ਸੀ ਸੋ ਦੋਸਤੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੇ ਇਸੇ ਤਰ੍ਹਾਂ ਤਾਜ਼ਾ ਖਬਰਾਂ ਲੈ ਕੇ ਧੰਨਵਾਦ ਬਹੁਤ ਬਹੁਤ ਮਿਹਰਬਾਨ